तो से पीना शुरू करता हूँ। पैसे मिल गए तुम्हें? नहीं पैसे नहीं मिले, गामची पी रहे हैं। नहीं मिले पैसे फिर तो तुम्हें बिल्कुल नहीं पीनी चाहिए, कुछ तो सेविंग कर लो। दोस्तों घर वाली नूं खुश रखन दे फार्मूले दस रहे हैं, ध्यान नाल नोट कर लो। देखो जदों सवेरे घर वाली तैयार होके तुहानू पुछे कि मैं किवें दी लग रही हां, तुसीं उसे वेले कहना है तू बहुत वधिया लग रही है, तेरे सामने कैटरीना कैफ भी फेल आ। अच्छा दूजा जदों भी किसी फंक्शन च जाओ तो तुहाडी घर वाली पुछे कि ओह दूसरी औरत देखो किदां दी लग रही है, उहदा सूट वधिया लग रहा, तुसीं कहना ना 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 बिल्कुल नहीं, ਕਿਹੜੀ ਔਰਤ, ਮੈਂ ਤਾਂ ਕਿਸੇ ਔਰਤ ਨੂੰ ਦੇਖਿਆ ਨਹੀਂ, ਮੇਰੀ ਨਿਗਾਹ ਤਾਂ ਸਿਰਫ ਤੁਹਾਡੇ 'ਤੇ ਸੀ। ਠੀਕ ਹੈ ਤੁਹਾਡੀ ਘਰ ਵਾਲੀ ਖੁਸ਼ ਹੋ ਜਾਏਗੀ ਜੇ ਤੁਸੀਂ ਗਲਤੀ ਨਾ ਕਹਿਤਾ ਕਿ ਉਹਦਾ ਸੂਟ ਚੰਗਾ ਨਹੀਂ। ਇਟ ਮੀਨਸ ਤੁਸੀਂ ਉਸ ਜਨਾਨੀ ਨੂੰ ਦੇਖਿਆ ਹੈ ਅਤੇ ਉਹ ਗੱਲ ਨੂੰ ਫੜ ਕੇ ਫਿਰ ਤੁਹਾਡੀ ਕੁੱਤੇ ਖਾਣੀ ਹੋ ਸਕਦੀ ਹੈ। ਅੱਛਾ ਤੀਜੀ ਗੱਲ ਜਿਹੜੀ ਮੈਂ ਬਹੁਤ ਹੀ ਘੈਂਟ ਸਮਝਾ ਰਿਹਾ ਉਹ ਸਮਝ ਲਓ, ਜਦੋਂ ਤੁਹਾਡੀ ਘਰ ਵਾਲੀ ਸਵੇਰੇ ਵੀ ਲੜੇ, ਦੁਪਹਿਰੇ ਵੀ ਲੜੇ, ਸ਼ਾਮਾਂ ਨੂੰ ਵੀ ਲੜੇ ਅਤੇ ਤੁਹਾਨੂੰ ਕੋਈ ਰੀਜ਼ਨ ਨਾ ਸਮਝ ਆਵੇ ਤੇ ਸਮਝ ਲਓ ਤੁਹਾਨੂੰ ਉਹਨੂੰ ਮੌਲ ਲੈ ਕੇ ਜਾਣਾ ਚਾਹੀਦਾ ਹੈ, ਤੁਹਾਨੂੰ ਇੱਕ ਵਧੀਆ ਜਿਹੀ ਡਰੈਸ ਉਹਨੂੰ ਦਿਵਾਉਣੀ ਚਾਹੀਦੀ ਹੈ ਅਤੇ ਉਹ ਲੜਾਈ ਆਪਣੇ ਆਪ ਖਤਮ ਹੋ ਜਾਏਗੀ। ਇਹ ਫਾਰਮੂਲੇ ਤੁਸੀਂ ਨੋਟ ਕਰੋ ਔਰ ਜ਼ਿੰਦਗੀ ਦੇ ਵਿੱਚ ਖੁਸ਼ੀ ਖੁਸ਼ੀ ਜੀਵਨ ਬਤੀਤ ਕਰੋ ਜੀ। ਸੁਣਦੇ ਹੋ? ਹਾਂਜੀ। ਇੱਕ ਕੁਐਸਚਨ ਪੁੱਛਣਾ ਮੈਂ ਤੁਹਾਡੇ ਤੋਂ। ਹਾਂਜੀ ਪੁੱਛੋ। ਜੇ ਰੱਬ ਤੁਹਾਨੂੰ ਕਵੇ ਕਿ ਅਗਲੇ ਜਨਮ 'ਚ ਵੀ ਤੁਸੀਂ ਮੇਰੇ ਨਾਲ ਹੀ ਰਹਿਣਾ, ਫਿਰ ਤੁਸੀਂ ਕੀ ਬਣਨਾ ਪਸੰਦ ਕਰੋਗੇ? ਕਾਕਰੋਚ। ਕਿਉਂ? ਕਿਉਂਕਿ ਤੂੰ ਸਿਰਫ ਕਾਕਰੋਚ ਤੋਂ ਹੀ ਡਰਦੀ ਆ ਨਾ। ਹਾਂਜੀ ਦੋਸਤੋ, ਇੱਕ ਸ਼ਰਾਬੀ ਨੂੰ ਘਰੇ ਜਾਣ ਤੋਂ ਪਹਿਲਾਂ ਕਿਹੜੀ ਕਿਹੜੀ ਗੱਲ ਦਾ ਧਿਆਨ ਰੱਖਣਾ ਚਾਹੀਦਾ ਇਹ ਵੀ ਤੁਸੀਂ ਨੋਟ ਕਰੋ। ਜਿਵੇਂ ਕਿ ਮੇਰੇ ਵਰਗੇ ਸ਼ਰਾਬੀ ਜਿਹੜੇ ਘਰੇ ਜਾ ਕੇ ਘਰ ਦੇ ਦਰਵਾਜ਼ੇ ਸਾਹਮਣੇ ਕੋਸ਼ਿਸ਼ ਕਰਦੇ ਨੇ ਪੈਗ ਪੀਣ ਤੋਂ ਬਾਅਦ, ਰੱਜਣ ਤੋਂ ਬਾਅਦ ਕਿ ਅਸੀਂ ਸਿੱਧੇ ਖੜ੍ਹੇ ਹੋਣਾ ਵਾ। ਦੇਖੋ ਇਹ ਕੋਸ਼ਿਸ਼ ਕਦੇ ਵੀ ਕਾਮਯਾਬ ਨਹੀਂ ਹੁੰਦੀ, ਇਸ ਕਰਕੇ ਤੁਸੀਂ ਖੜ੍ਹੇ ਸਿੱਧੇ ਹੋਣ ਦੀ ਕੋਸ਼ਿਸ਼ ਨਾ ਕਰੋ ਅਤੇ ਚੰਗੇ ਰਹੋਗੇ, ਹੋ ਸਕਦਾ ਨਾ ਕੋਸ਼ਿਸ਼ ਕਰਨ 'ਤੇ ਸਿੱਧੇ ਖੜ੍ਹੇ ਹੋ ਜਾਓ। ਔਰ ਦੂਜੀ ਗੱਲ, ਤੁਸੀਂ ਜਦੋਂ ਤੁਸੀਂ ਸ਼ਰਾਬ ਪੀਤੀ ਹੋਵੇ, ਆਦਮੀ ਵੈਸੇ ਸ਼ਰਾਬ ਪੀ ਕੇ ਬਹੁਤ ਜ਼ਿਆਦਾ ਬੋਲਦਾ ਵਾ, ਇਹੀ ਉਹਦੀ ਸਭ ਤੋਂ ਵੱਡੀ ਗਲਤੀ ਹੁੰਦੀ ਆ, ਤੁਸੀਂ ਕੋਸ਼ਿਸ਼ ਕਰੋ ਬਹੁਤ ਘੱਟ ਜਵਾਬ ਦਿਓ, ਆਪਣੀ ਔਰਤ ਨੂੰ ਬਹੁਤ ਘੱਟ ਜਵਾਬ ਦਿਓ, ਜੋ ਵੀ ਉਹ ਪੁੱਛੇ ਜਾਂ ਹਾਂ ਕਰਕੇ ਜਵਾਬ ਦਿਓ ਤਾਂ ਕਿ ਤੁਸੀਂ ਬਚੇ ਰਹੋਗੇ। ਔਰ ਤੀਜੀ ਗੱਲ, ਜਦੋਂ ਵੀ ਤੁਸੀਂ ਦਾਰੂ ਪੀਤੀ ਹੋਈ ਆ ਉਦੋਂ ਸਭ ਤੋਂ ਵੱਡੀ ਗੱਲ ਜਿਹੜੀ ਇਨਸਾਨ ਦੀ ਮਾੜੀ ਹੈ, ਕਿਉਂਕਿ ਦਾਰੂ ਪੀ ਕੇ ਇਨਸਾਨ ਜਿਹੜਾ ਉਹ ਗਿਆਨ ਬਹੁਤ ਵੰਡਦਾ, ਠੀਕ ਹੈ, ਔਰ ਦਾਰੂ ਪੀ ਕੇ ਬਹਿਸ ਵੀ ਬਹੁਤ ਕਰਦਾ, ਤੁਸੀਂ ਇਹ ਦੋਨਾਂ ਗੱਲਾਂ ਤੋਂ ਬਚਣਾ ਵਾ। ਦੇਖੋ ਤੁਸੀਂ, ਤੁਹਾਡੀ ਘਰ ਵਾਲੀ ਨੇ ਕੋਈ ਹੋਰ ਗੱਲ ਪੁੱਛਣੀ ਹੈ, ਤੁਸੀਂ ਕੋਈ ਉਹਨੂੰ ਹੋਰ ਗੱਲ ਬੋਲਣੀ ਹੈ, ਉੱਥੋਂ ਪਵਾੜਾ ਸ਼ੁਰੂ ਹੋ ਜਾਣਾ, ਉਹ ਜਿਹੜਾ ਪਵਾੜਾ ਵੱਧਦਾ ਵੱਧਦਾ ਬਹਿਸ 'ਚ ਬਦਲ ਜਾਂਦਾ ਹੈ, ਉਹ ਜਿਹੜੀ ਬਹਿਸ ਹੁੰਦੀ ਹੈ ਫਿਰ ਆਦਮੀ ਉਹਨੂੰ ਗਿਆਨ ਦਾ ਰੂਪ ਧਾਰਨ ਕਰਦਾ, ਵੀ ਗਿਆਨ ਵੰਡਣਾ ਸ਼ੁਰੂ ਕਰ ਦਿੰਦਾ, ਉਹ ਜਿਹੜਾ ਗਿਆਨ ਆ ਫਿਰ ਇੰਨਾ ਖਤਰਨਾਕ ਹੋ ਜਾਂਦਾ ਵਾ ਐਂਡ 'ਤੇ, ਫਿਰ ਸਵੇਰੇ ਜਦੋਂ ਬੰਦਾ ਉੱਠਦਾ ਤਾਂ ਉਹਨੂੰ ਸਰੀਰ 'ਚੋਂ ਨਿਕਲਦੀਆਂ ਹੋਈਆਂ ਪੀੜਾਂ ਦੱਸ ਰਹੀਆਂ ਹੁੰਦੀਆਂ ਕਿ ਰਾਤ ਨੂੰ ਗਿਆਨ ਬਹੁਤ ਜ਼ਿਆਦਾ ਹੋ ਗਿਆ ਸੀ, ਅਤੇ ਉਹ ਜਿਹੜੀਆਂ ਪੀੜਾਂ ਕਿੱਥੇ ਕਿੱਥੇ ਵੱਜੀਆਂ ਨੇ ਬੰਦੇ ਨੂੰ ਰਾਤ ਨੂੰ, ਉਹ ਫਿਰ ਸਮਝ ਨਹੀਂ ਆਉਂਦਾ। ਇਸ ਕਰਕੇ ਇੱਕ ਸ਼ਰਾਬੀ ਪਤੀ ਨੂੰ ਇਹਨਾਂ ਗੱਲਾਂ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ। ਦੋਸਤੋ ਇਹਨਾਂ ਗੱਲਾਂ ਦੇ ਉੱਤੇ ਅਮਲ ਕਰਕੇ ਪੈਗ ਪੀ ਕੇ ਕਰ। ਗੁਲਾਬ ਜਾਮੁਨ ਤੇ ਲੁੱਟ ਲਏ ਕਿਸੇ ਨੇ? ਕਿਨੇ? ਉਹਨਾਂ ਰਸਤੇ 'ਚ ਇੱਕ ਬੱਚਾ ਸੀ, ਉਹਦੇ ਹੱਥ 'ਚ ਬੰਦੂਕ ਸੀ। ਬੰਦੂਕ? ਬੰਦੂਕ ਹੈ ਤੇ ਪਾਣੀ ਵਾਲੀ ਸੀ, ਪਰ ਮੈਨੂੰ ਠੰਡ ਕਰਕੇ ਡਰ ਬੜਾ ਲੱਗ ਰਿਹਾ ਸੀ ਤੇ ਮੈਂ ਚੁੱਪ ਕਰਕੇ ਉਹਨੂੰ ਫਿਰ ਗੁਲਾਬ ਜਾਮੁਨ ਦੇ ਕੇ ਆ ਗਿਆ। ਆ ਸਵੇਰ ਦੀ ਸੁਣ ਲਓ ਗੱਲ, ਮੈਂ ਉੱਠਿਆ, ਮੈਨੂੰ ਫੋਨ ਆਇਆ ਮੇਰੀ ਦੋਸਤ ਦੀ ਵਾਈਫ ਦਾ, ਕਹਿੰਦੀ ਭਾਅ ਜੀ ਜਲਦੀ ਆ ਜਾਓ। ਮੈਂ ਕਿਹਾ ਜਲਦੀ ਤਾਂ ਮੈਂ ਆ ਹੀ ਨਹੀਂ ਸਕਦਾ, ਮੈਂ ਮੋਹਾਲੀ ਰਹਿੰਦਾ, ਤੁਸੀਂ ਜੀਰਕਪੁਰ ਰਹਿੰਦੇ ਹੋ, ਜਲਦੀ ਕਿੱਦਾਂ ਆਜੂੰਗਾ, 35-40 ਮਿੰਟ ਤਾਂ ਲੱਗਣਗੇ। ਮੈਂ ਜਦੋਂ ਉੱਥੇ ਗਿਆ, ਕਹਿੰਦੀ ਤੁਹਾਡੇ ਭਰਾ ਨੂੰ ਆ ਦੇਖੋ ਕੀ ਬਿਮਾਰੀ ਹੋ ਗਈ। ਮੈਂ ਕਿਹਾ ਕੀ ਹੋਇਆ? ਕਹਿੰਦੀ ਇਹ ਤਾਂ ਰਾਤ ਨੂੰ ਸੁੱਤਾ ਪਿਆ ਸਕੂਟਰ ਚਲਾਉਂਦਾ ਵਾ। ਮੈਂ ਕਿਹਾ ਸਕੂਟਰ?
ਧਰਾੜੇ ਮਾਰਦਾ ਹੋਣਾ। ਕਹਿੰਦੀ ਨਹੀਂ ਨਹੀਂ ਸੱਚੀ ਡਰਨ ਡਰਨ ਸਕੂਟਰ ਚਲਾਉਂਦਾ ਵਾ ਔਰ ਵਿੱਚ ਵਿੱਚ ਬ੍ਰੇਕਾਂ ਵੀ ਲਾਉਂਦਾ ਵਾ ਔਰ ਲੋਕਾਂ ਨੂੰ ਗਾਲਾਂ ਵੀ ਕੱਢਦਾ ਵਾ। ਮੈਂ ਕਿਹਾ ਇਹ ਕਦੋਂ ਤੋਂ ਹੋਇਆ? ਕਹਿੰਦੀ 6 ਮਹੀਨੇ ਹੋ ਗਏ ਆ ਜਦੋਂ ਅਸੀਂ ਚੰਡੀਗੜ੍ਹ ਤੋਂ ਜ਼ੀਰਕਪੁਰ ਸ਼ਿਫਟ ਹੋਏ ਹਾਂ। ਮੈਂ ਕਿਹਾ ਅੱਛਾ, ਫਿਰ ਮੈਂ ਕਿਹਾ ਇਸ ਬਿਮਾਰੀ ਦਾ ਇਲਾਜ ਨਹੀਂ ਹੈਗਾ, ਇਹ ਤਾਂ ਫਿਰ ਇੱਦਾਂ ਹੀ ਕੰਮ ਚੱਲੂਗਾ। ਇੱਕ ਕੰਮ ਹੋ ਸਕਦਾ ਵਾ, ਜਦੋਂ ਇਹ ਸਕੂਟਰ ਰਾਤ ਨੂੰ ਚਲਾਉਂਦਾ ਹੋਵੇ ਤੁਹਾਡੀ ਅੱਖ ਖੁੱਲ੍ਹੇ ਨਾ, ਤੁਸੀਂ ਕਹਿ ਦਿਆ ਕਰੋ ਗ੍ਰੀਨ ਸਿਗਨਲ ਹੋ ਗਿਆ, ਗ੍ਰੀਨ ਸਿਗਨਲ ਹੋ ਗਿਆ।